ਸਰਕਾਰ ਬਦਲ ਗਈ ਤੇ ਅਗਲੀ ਇਲੈਕਸ਼ਨ ਦੇ ਵਿੱਚ ਫਿਰ ਤੁਸੀਂ ਲਓਗੇ ਡੇਰੇ ਦੀ ਸੀਟ ਗੁਰਦਾਸ ਬਾਦਲ ਨੇ ਹੁਣ ਕੀ ਕਿਹਾ ਪਰਸੋਂ ਚੌਥੇ ਜੀ ਕਹਿੰਦੇ ਅਸੀਂ ਤਾਂ ਸੱਚਾ ਸੌਦੇ ਜ਼ਰੂਰ ਜਾ ਕੇ ਅਸੀਂ ਵੋਟਾਂ ਮੰਗਾਂਗੇ ਤਾਂ ਫਿਰ ਕਿਉਂ 4.5 ਸਾਲ ਤੁਸੀਂ ਇੱਥੇ ਦੰਗਾ ਫਸਾਦ ਕਰਵਾਇਆ ਮੈਂ ਕਿਹਾ ਕਿ ਅਸੀਂ ਜਾਵਾਂਗੇ ਤੁਸੀਂ ਰਾਤ ਨੂੰ ਜਾਂਦੇ ਹੋ ਅਸੀਂ ਦਿਨ 'ਚ ਜਾਵਾਂਗੇ ਦੈਟ ਇਜ਼ ਦੀ ਓਨਲੀ ਡਿਫਰੈਂਸ ਅਕਾਲੀ ਦਲ ਸਰ ਮੈਂ ਜਾ ਕੇ ਆਇਆ ਆਈ ਵਿਲ ਗੋ ਟੂ ਆਲ ਆਖਿਰਕਾਰ ਦੇ ਆਰ ਆ ਵੋਟਰਸ ਇਹ ਝੂਠ ਬੋਲਦੇ ਨੇ ਸਾਰਿਆਂ ਨੂੰ ਮਿਲਦੇ ਨੇ ਦੇਖੋ ਐਵਰੀਵੇਅਰ ਆਪ ਹੁਕਮਨਾਮਾ ਕਰਵਾਉਂਦੇ ਨੇ ਔਰ ਫਿਰ ਆਪ ਜਾ ਕੇ ਮਿਲਦੇ ਨੇ ਲੋਕ ਪਰ ਇਸ ਵੇਲੇ ਜਿਹੜੇ ਡੇਰੇ ਦੇ ਮੁਖੀ ਆ ਉਹਦੇ ਖਿਲਾਫ ਬਹੁਤ ਗੰਭੀਰ ਦੋਸ਼ ਲੱਗੇ ਆ ਤੁਸੀਂ ਫਿਰ ਵੀ ਉਹਨਾਂ ਦੀ ਮਦਦ ਲੈਣੀ ਚਾਹੋਗੇ ਨਹੀਂ ਦੈਟ ਇਜ਼ ਮੈਟਰ ਵਿਚ ਇਜ਼ ਨਾਓ ਦੇ ਕਾਲ ਇਟ ਪੋਲੀਟੀਕਲ ਹੈ ਕੀ ਉਹਦਾ ਨਤੀਜਾ ਨਿਕਲ ਰਿਹਾ ਇਟਸ ਇਨ ਕੋਰਟ ਆਈ ਕੈਨੋਟ ਕਮੈਂਟ ਔਨ ਦੋਜ਼ ਥਿੰਗਸ ਬਟ ਦ ਫੈਕਟ ਆਫ ਦੀ ਮੈਟਰ ਇਜ਼ ਹਰ ਸੀਟ ਦੇ ਵਿੱਚ ਮਾਲਵੇ ਦੇ ਵਿੱਚ ਦੇ ਆਰ 1.5 to 2 lakh ਪ੍ਰੇਮੀਜ਼ ਕੈਨ ਐਨੀ ਪੋਲੀਟੀਕਲ ਪਾਰਟੀ ਇਗਨੋਰ ਇਟ ਅਸੀਂ ਕਹਿੰਦੇ ਹਾਂ ਓਪਨਲੀ ਦੈਨ ਆਰ ਸੈਡ ਓਪਨੀਅਨ ਦੇ ਸੈਡ ਜੀ ਅਸੀਂ ਦੇਖਾਂਗੇ ਜੀ ਅਸੀਂ ਸੱਦਾਂਗੇ ਅਕਾਲ ਤਖ਼ਤ ਤੇ ਸੱਦਾਂਗੇ ਅਮਰਿੰਦਰ ਸਿੰਘ ਨੂੰ ਇਹ ਗੱਲ ਕੀ ਕੀਤੀ ਹੈ ਔਰ ਫਿਰ ਉਹਨਾਂ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਾ ਕੇ ਕਹਿੰਦੇ ਅਸੀਂ ਤਾਂ ਉਹਨਾਂ ਦੀ ਵੋਟਾਂ ਲਵਾਂਗੇ ਜੀ ਉਹ ਤਾਂ ਬੜੇ ਚੰਗੇ ਬੰਦੇ ਨੇ ਯੂ ਨੋ ਇਟ ਕੰਪਲੀਟ ਕੰਟਰਡਿਕਸ਼ਨ ਜਿਹੜਾ ਕੁਛ ਕਰਦੇ ਨੇ ਔਰ ਕਹਿੰਦੇ ਨੇ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਬਦਲੇ ਦੀ ਭਾਵਨਾ ਨਾਲ ਕਾਫੀ ਕੇਸਿਸ ਰਜਿਸਟਰ ਹੁੰਦੇ ਰਹੇ ਇਹ ਵੈਂਡੇਟਾ ਪੋਲੀਟਿਕਸ ਤੋਂ ਅੱਗੇ ਤੁਰਨ ਵਾਸਤੇ ਕੀ ਕਰਨ ਦੀ ਲੋੜ ਹੈ ਦਿਸ ਇਜ਼ ਕਮ ਟੂ ਅ ਵੈਰੀ ਲੋ ਲੈਵਲ ਆਈ ਮੀਨ ਤੁਸੀਂ ਆਪਣੀ ਪੋਲੀਟੀਕਲ ਖੁੰਦਕਾਰ ਤੁਸੀਂ ਪੋਲੀਟੀਕਲ ਜਿਹੜੀ ਤੁਹਾਡੀ ਡਿਫਰੈਂਸਿਸ ਨੇ ਪਿੰਡਾਂ ਤੁਸੀਂ ਕੱਟ ਰਹੇ ਹੋ ਕਿ ਲੋਕਾਂ ਤੇ ਕੇਸ ਕਰਦੇ ਹੋ ਯੂ ਨੋ ਅਸੀਂ ਵੀ ਕੈਨ ਹੈਂਡਲ ਇਟ ਬਟ ਕੈਨ ਯੂ ਇਮੈਜਿਨ ਕਿ 30,000 ਬੰਦੇ ਵਿਚਾਰੇ ਗਰੀਬ ਨੇ ਕਿੱਧਰੋਂ ਵਕੀਲ ਕਰਨਗੇ ਕਿੱਥੋਂ ਕੀ ਕਰਨਗੇ ਤਾਂ ਬਿਗ ਪ੍ਰੋਬਲਮ ਕਮ ਸਾਹਿਬ ਅਸੀਂ ਦੇਖਿਆ ਕਿ ਤੁਸੀਂ ਇੱਕ ਬੜੇ ਸ਼ਾਹੀ ਖਾਨਦਾਨ ਤੋਂ ਜੇ ਬੜੇ ਸਿਵਲਾਈਜ਼ਡ ਬੈਕਗਰਾਊਂਡ ਤੋਂ ਤੁਸੀਂ ਆਏ ਜੇ ਪਰ ਜਦੋਂ ਬਾਦਲ ਦੀ ਗੱਲ ਹੁੰਦੀ ਆ ਉਦੋਂ ਤੁਸੀਂ ਭਲੇ ਮਾੜੇ ਸ਼ਬਦ ਕਈ ਵਰਤਦੇ ਜੇ ਯੂ ਸੀਮ ਟੂ ਲੂਜ਼ ਇਟ ਵੈਨ ਕਮਸ ਟੂ ਦੀ ਬਾਦਲਸ ਇਹ ਕਿਉਂ ਨੋ ਆਈ ਡੋਂਟ ਲੂਜ਼ ਇਟ ਬਟ ਆਈ ਫਾਈਂਡ ਦੈਟ ਅ ਮੈਨ ਹੂ ਹੈਜ਼ ਬੀਨ ਫੋਰ 70 ਡੈਕੇਡਸ ਈਅਰਸ ਇਨ ਪੋਲੀਟਿਕਸ 3 times, 4 times ਚੀਫ ਮਿਨਿਸਟਰ ਇਜ਼ ਸੱਚ ਅ ਇਨਕੰਪੀਟੈਂਟ ਫੈਲੋ ਦੈਟ ਆਈ ਥਿੰਕ ਵਨ ਫੀਲ ਇਰੀਟੇਟਿਡ ਕਿ ਫੋਰ ਇਹ ਬਾਰ ਬਾਰ ਆਈ ਜਾਂਦੇ ਨੇ ਔਰ ਪੱਠਾ ਉਠਾਈ ਜਾਂਦੇ ਨੇ ਸਾਡੇ ਸੂਬੇ ਦਾ ਪਰ ਪਿਛਲੇ ਕੁਝ ਹਫ਼ਤਿਆਂ ਤੋਂ ਆਮ ਜਿਹੜੀ ਚਰਚਾ ਹੋਇਆ ਕਿ ਮਨਪ੍ਰੀਤ ਬਾਦਲ ਨੂੰ ਪਾਵਰ ਤੋਂ ਪਰਾਂ ਰੱਖਣ ਵਾਸਤੇ ਕੁਝ ਸਮਝੌਤਾ ਜਿਹਾ ਹੋਇਆ ਲੱਗਦਾ ਬਾਦਲ ਦੇ ਨਾਲ ਇਹਨਾਂ ਦੀ ਸੱਚਾਈ ਹੈ ਸਾਡਾ ਜੀ ਮਨਪ੍ਰੀਤ ਬਾਦਲ ਯੂ ਟੇਕ ਹਿਮ ਸੀਰੀਅਸਲੀ ਟੈਲ ਮੀ ਸਾਡੀ ਲੜਾਈ ਸਟ੍ਰੇਟ ਫਾਰਵਰਡ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਜਾਂ ਗਵਰਨਮੈਂਟ ਬਣੂਗੀ ਪੰਜਾਬ 'ਚ ਅਕਾਲੀਆਂ ਦੀ ਜਾਂ ਬਣੂਗੀ ਕਾਂਗਰਸ ਦਿਸ ਮੈਨ ਇਜ਼ ਵਿਸ਼ੁਅਲ ਥਿੰਕਿੰਗ ਇੱਕ ਫੀਲਿੰਗ ਹੈ ਜੀ ਕਿ ਸਿਆਸੀ ਦਖਲ ਅੰਦਾਜ਼ੀ ਕਰਕੇ ਪੰਜਾਬ ਦੇ ਵਿੱਚ ਕਾਨੂੰਨ ਦੀ ਜਿਹੜੀ ਵਿਵਸਥਾ ਵਾ ਉਹ ਬਹੁਤ ਵਿਗੜ ਗਈ ਹੈ ਇਹ ਕੀ ਕਰਨ ਦੀ ਲੋੜ ਆ ਪੁਲਿਸ ਨੂੰ ਔਰ ਵਿਜੀਲੈਂਸ ਡਿਪਾਰਟਮੈਂਟ ਨੂੰ ਸਿਆਸੀ ਦਖਲ ਅੰਦਾਜ਼ੀ ਤੋਂ ਅੱਡ ਰੱਖਣ ਲਈ ਇੰਸੂਲੇਟ ਕਰਨ ਵਾਸਤੇ ਦੇਖੋ ਵੈਨਐਵਰ ਦੀ ਇਕਾਨਮੀ ਇਜ਼ ਡਾਊਨ ਲੈਟ ਫਸਟ ਲੈਟ ਸੀ ਦੀ ਓਵਰਆਲ ਪੋਜੀਸ਼ਨ ਜਿਹੜੀ ਇਕਾਨਮੀ ਡਾਊਨ ਹੈ ਲਾਅ ਐਂਡ ਆਰਡਰ ਵਿਲ ਆਲਵੇਜ਼ ਬੀ ਨੈਗੇਟਿਵ ਸੈਕੰਡਲੀ ਜਿਹੜੀ ਇਹਨਾਂ ਨੇ ਹੁਣ ਕੀ ਕਰ ਦਿੱਤੀ ਨਾ ਹਰ MLA ਦੇ ਇੱਕ ਥਾਣਾ ਦੇਤਾ ਦੈਟ ਇਜ਼ ਸਮਥਿੰਗ ਦੈਟ ਇਜ਼ ਰੂਇਨਿੰਗ ਦਾ ਸਿਸਟਮ SSPs ਹੈਵ ਨੋ ਰੋਲ DIGs ਹੈਵ ਨੋ ਰੋਲ ਹੁਣ ਤਾਂ MLA ਔਰ ਥਾਣੇਦਾਰ ਡਾਇਰੈਕਟ ਆਪਣੇ ਉੱਥੇ ਚੱਲ ਰਹੇ ਨੇ ਦੈਟ ਇਜ਼ ਵਾਟ ਗੋਇੰਗ ਔਨ ਇਨ ਪੰਜਾਬ ਯੂ ਆਰ ਫਿਨਿਸ਼ਿੰਗ ਦਾ ਸਿਸਟਮ ਤੁਸੀਂ ਕਿਸੇ ਵੇਲੇ ਵਿਜੀਲੈਂਸ ਕਮਿਸ਼ਨ ਦੀ ਵੀ ਸ਼ਾਇਦ ਗੱਲ ਕੀਤੀ ਸੀਗੀ ਬਣਾਉਣ ਦੀ ਵੀ ਮੇਡ ਇਟ ਬਿਫੋਰ ਆਈ ਕੇਮ ਇਟਸ ਅ ਪਾਰਲੀਮੈਂਟਰੀ ਐਕਟ ਔਰ ਮੈਂ ਵਿਜੀਲੈਂਸ ਯੂ ਰਿਮੈਂਬਰ ਉਹਦੇ ਜੱਜ ਮੈਂ ਲਗਾਇਆ ਸੀ ਵਿਜੀਲੈਂਸ ਕਮਿਸ਼ਨ ਦਾ ਇਹਨਾਂ ਨੇ ਆ ਕੇ ਤੋੜ ਕੇ ਆਪਣਾ ਹੀ ਫੇਰ ਬਣਾ ਲਿਆ ਬਟ ਆਈ ਹੈਵ ਸੈਡ ਨਾਓ ਅਗੇਨ ਕਿ ਅਗਰ ਕਾਂਗਰਸ ਪਾਰਟੀ ਵਾਪਸ ਆਏਗੀ ਵੀ ਵਿਲ ਗੋ ਬਾਏ ਦ ਲੀਗਲ ਸਿਸਟਮ ਵਿਚ ਵਿਜੀਲੈਂਸ ਕਮਿਸ਼ਨ ਐਂਡ ਵੀ ਵਿਲ ਮੇਕ ਅ ਵਿਜੀਲੈਂਸ ਕਮਿਸ਼ਨ ਅਮਰਿੰਦਰ ਜੀ ਇੱਕ ਇਸ਼ੂ ਜਿਹੜਾ ਦੁਬਾਰਾ ਉੱਠਦਾ ਆ ਰਿਹਾ ਵਾ ਉਹ 1984 ਦੇ ਐਂਟੀ ਸਿੱਖ ਵਾਇਲੈਂਸ ਦਾ ਇਸ਼ੂ ਆ ਉਹ ਕਿਸੇ ਨਾ ਕਿਸੇ ਸ਼ੇਪ ਦੇ ਵਿੱਚ ਹਰ ਕੁਝ ਮਹੀਨੇ ਬਾਅਦ ਫਿਰ ਉੱਠ ਜਾਂਦਾ ਵਾ ਬੜਾ ਕਲੀਅਰ ਹੈ ਜਦ ਹਜ਼ਾਰਾਂ ਲੋਕ ਪਤਾ ਨਹੀਂ ਕਿੰਨੇ ਨੇ ਕੋਈ ਦੇ ਨੋ ਫਿਗਰ ਕਿੰਨੇ ਬੰਦੇ ਮਾਰੇ ਗਏ ਨੇ ਸੰਬੜੀ ਹੈਜ਼ ਟੂ ਬੀ ਅਕਾਊਂਟੇਬਲ ਐਂਡ ਦ ਹੋਮ ਮਿਨਿਸਟਰ ਹੈਜ਼ ਨੋ ਬਿਜ਼ਨਸ ਟੂ ਸੇ ਦੈਟ ਪੀਪਲ ਸ਼ੁਡ ਫੋਰਗੇਟ ਮੈਂ ਕਿਹਾ ਆਪਣੇ ਬਿਆਨ 'ਚ ਕਿ ਘੱਲੂਘਾਰੇ ਨਹੀਂ ਭੁੱਲੇ ਜਿਹੜੀ ਹੁਣ ਹੋਈ ਹੈ ਚੀਜ਼ ਉਹ ਕੋਈ ਲੋਕ ਭੁੱਲਣਗੇ ਰੋਂਗ ਦਿਸ ਇਜ਼ ਨੋ ਵੇ ਦ ਜਸਟਿਸ ਮਸਟ ਬੀ ਗਿਵਨ ਐਂਡ ਆਈ ਥਿੰਕ ਦ ਸੂਨਰ ਇਟ ਫਿਨਿਸ਼ਿਸ ਐਂਡ ਦ ਪੀਪਲ ਹੂ ਆਰ ਬ੍ਰੌਟ ਟੂ ਜਸਟਿਸ ਪੀਪਲ ਦੈਨ ਵਿਲ ਗੈਟ ਸਮਥਿੰਗ ਯੂ ਸੈਡ ਜਸਟਿਸ ਮਸਟ ਬੀ ਗਿਵਨ ਹਾਊ ਸ਼ੁਡ ਜਸਟਿਸ ਬੀ ਗਿਵਨ ਐਜ਼ ਫਾਰ ਐਜ਼ ਯੂ ਸ਼ੁਡ ਪ੍ਰੋਸੀਡ ਐਵਰੀਬਾਡੀ ਨੋਜ਼ ਹੂ ਇਜ਼ ਡਨ ਵਾਟ ਥਿੰਗ ਵਾਟ ਡੂ ਯੂ ਮੀਨ ਬਾਈ ਹੈਵਿੰਗ 20 ਇਅਰਸ ਆਫ ਇਨਵੈਸਟੀਗੇਸ਼ਨਸ ਗੋਇੰਗ ਔਨ ਫਿਨਿਸ਼ ਇਜ਼ ਦੈਟ ਥਿੰਗ ਆਫ ਐਂਡ ਜਿਹੜੇ ਬੰਦਿਆਂ ਨੇ ਕੁਝ ਕੀਤਾ ਉਹਨਾਂ ਨੂੰ ਦੇ ਸ਼ੁਡ ਫੇਸ ਕੌਨਸੀਕੁਐਂਸਿਸ ਦਿਸ ਕੈਨੋਟ ਬੀ ਅਲਾਊਡ ਟੂ ਕੈਰੀ ਔਨ ਦਿਸ ਵੇ ਆਖਿਰਕਾਰ ਲੋਕ ਜਿਹੜੇ ਵਿਚਾਰੇ ਮਰੇ ਨੇ ਗਰੀਬ ਮਰੇ ਨੇ ਮੈਂ ਜਿੱਦੇ ਨੇ ਹੋਇਆ ਮੈਂ ਤਾਂ ਦਿੱਲੀ 'ਚ ਸੀ ਮੈਂ ਟੂਰ ਕੀਤਾ ਉੱਥੇ ਉਹਨਾਂ ਦੇ ਜਿੱਥੇ ਕੈਂਪ ਸੇ ਕੁਝ ਗੁਰਦੁਆਰਾ ਰਕਾਬਗੰਜ ਸਾਹਿਬ ਐਨ ਆਲ ਇਵੈਂਟ ਅਰਾਊਂਡ ਐਂਡ ਮੈਂ ਨਾਲਿਆਂ 'ਚ ਦੇਖੇ ਨੇ ਬੋਡੀਜ਼ ਆਰ ਫਲੋਟਿੰਗ ਦੇਰ ਹਾਊ ਕੈਨ ਯੂ ਫੋਰਗੇਟ ਦੀਸ ਥਿੰਗਸ ਸਮਬਡੀ ਇਜ਼ ਰਿਸਪੋਨਸੀਬਲ
ਤੁਹਾਡੇ ਵਿਰੋਧੀ ਇਹ ਵੀ ਕਹਿੰਦੇ ਆ ਕਿ ਜਿਹੜੇ ਪੋਲਿਟਿਕਸ ਦੀ ਉਤਰਾਅ ਚੜਾਅ ਆ ਉਹਦੇ ਲਈ ਤੁਸੀਂ ਫਿੱਟ ਨਹੀਂ, ਤੁਸੀਂ 4-5 ਦਿਨ ਮਿਹਨਤ ਕਰਦੇ ਜੇ ਪੰਜਾਬ ਦੇ ਵਿੱਚ, ਉਸ ਤੋਂ ਬਾਅਦ ਫਿਰ ਪਹਾੜਾਂ ਦੇ ਵਿੱਚ ਵਾਦੀਆਂ ਦੇ ਵਿੱਚ ਆਰਾਮ ਪ੍ਰਮਾਣ ਪੰਜਾਬ ਦੇ ਲੋਕਾਂ ਨੂੰ ਪੁੱਛਦੇ ਨਾ ਵਾਏ ਦਾ ਪੰਜਾਬ ਪੀਪਲ ਮੈਨੂੰ ਕੀ ਚਾਹੁੰਦੇ ਨੇ ਜੀ, ਕੁਛ ਪੰਜਾਬ ਦੇ ਲੋਕਾਂ ਨੂੰ ਪੁੱਛੋ ਨਾ, ਇਹ ਤਾਂ ਤੁਸੀਂ ਡੋਂਟ ਪੋਲੀਟੀਸ਼ੀਅਨ ਜਾਂ ਮੇਰੀ ਆਪੋਜੀਸ਼ਨ ਨੂੰ ਨਾ ਪੁੱਛੋ ਜਿਹੜੇ ਇੱਥੇ ਇਹ ਬਾਦਲੀਏ ਬੈਠੇ ਨੇ, ਬਟ ਯੂ ਆਸਕ ਦੀ ਪੀਪਲ ਆਫ ਪੰਜਾਬ, ਉਹ ਪਤਾ ਲੱਗ ਜੂਗਾ ਇਲੈਕਸ਼ਨਾਂ 'ਚ। ਤੁਹਾਡੇ ਹੋਰ ਵੀ ਕਈ ਸ਼ੌਕ ਹੈ, ਤੁਸੀਂ ਮਿਲਟਰੀ ਹਿਸਟੋਰੀਅਨ ਵੀ ਜੇ, ਕਿਤਾਬਾਂ ਵੀ ਕਈ ਲਿਖੀਆਂ ਵਾ, ਹੁਣ ਕੋਈ ਅਗਲੀ ਕਿਤਾਬ 'ਤੇ ਵੀ ਕੰਮ ਕਰ ਰਹੇ? ਮੈਂ ਯੂ ਨੋ ਸਾਡਾ ਇੰਡੀਆ ਗੇਟ ਹੈ ਜੀ, ਇਟਸ ਅ ਮੈਮੋਰੀਅਲ, ਇਹ ਮੈਮੋਰੀਅਲ ਹੈ ਕਿ 1,36,000 ਸਾਡੇ ਜਿਹੜੇ ਜਵਾਨ ਪਹਿਲੀ ਲੜਾਈ 'ਚ 1914-18 ਦੀ ਲੜਾਈ 1414-18 ਦੀ ਲੜਾਈ 'ਚ ਸ਼ਹੀਦ ਹੋਏ ਸੀ, ਉਹਨਾਂ ਦੀ ਮੈਮੋਰੀਅਲ, ਉਹਨਾਂ ਦੇ ਸਾਰੇ ਨਾਂ ਉਹਦੇ 'ਚ ਲਿਖੇ ਹੋਏ ਨੇ। ਮੈਂ ਕੋਈ 8-9 ਮਹੀਨੇ ਪਹਿਲਾਂ ਇੱਕ BBC ਸੀਰੀਅਲ ਦੇਖ ਰਿਹਾ ਸੀ ਫਸਟ ਵਰਲਡ ਵਾਰ 'ਤੇ, 26 ਘੰਟੇ ਦੀ ਵਿਊਇੰਗ ਹੈ 10 ਕਸੈਟਸ ਨੇ ਉਹਦੇ 'ਚ, ਐਂਡ ਇੰਡੀਆ ਦੀ ਕੰਟਰੀਬਿਊਸ਼ਨ ਅੱਧਾ ਮਿੰਟ ਵੀ ਨਹੀਂ ਹੈ ਉਹਦੇ 'ਚ, ਅਤੇ ਮੈਨੂੰ ਬੁਰਾ ਲੱਗਿਆ ਕਿ ਸਾਡੇ ਇੰਨੇ ਬੰਦੇ ਮਰ ਗਏ ਔਰ ਨੋਬਡੀ ਬੋਦਰਸ ਅਬਾਊਟ ਦਮ। ਸੋ ਮੇਰੀ ਇਹ ਜਿਹੜੀ ਵਿਦ ਰੋਲੀਜ਼ ਮੈਂ ਕਰ ਰਿਹਾ, ਇੱਕ ਕੌਫੀ ਟੇਬਲ ਬੁੱਕ ਹੈ, ਪਿਕਚਰ ਬੁੱਕ ਮੇਨਲੀ ਵਿਦ ਹਿਸਟਰੀ ਆਲਸੋ, ਵਿਚ ਆਈ ਹੋਪ ਵਿਲ ਬੀ, ਜਿਹੜੀ 100th ਐਨੀਵਰਸਰੀ ਆ ਰਹੀ ਹੈ 2014 'ਚ, ਕਿ ਵੀ ਬੀ ਟੂ ਲਾਂਚ ਇਟ ਦੈਨ, ਇਟ ਇਜ਼ ਅ ਕੰਟਰੀਬਿਊਸ਼ਨ ਆਫ ਦੀ ਇੰਡੀਅਨ ਆਰਮੀ ਟੂ ਦੀ ਟੂ ਵਰਲਡ ਵਾਰ 1। ਇੱਕ ਤੁਸੀਂ ਪੰਜਾਬ 'ਤੇ ਵੀ ਕਿਤਾਬ ਲਿਖ ਰਹੇ ਸੀ ਸ਼ਾਇਦ, ਇੱਕ ਡਾਇਰੀ ਟਾਈਪ ਲਿਖ ਰਹੇ ਸੀ? ਨਹੀਂ ਡਾਇਰੀ ਟਾਈਪ ਨਹੀਂ, ਮੈਂ ਲਿਖ ਰਿਹਾ ਰੈਗੂਲਰ ਔਨ ਦਿਸ ਲਾਸਟ 30, ਇਹ ਜਿਹੜੇ ਬਾਦਲੀਆਂ ਦੇ ਕਰਤੂਤ ਨੇ ਸਾਰੇ ਕੰਢਾਂਗੇ ਵਿੱਚ। ਸੋ ਇਹ ਕਦੋਂ ਤੱਕ ਆਜੂਗੀ ਕਿਤਾਬ? ਵੈਲ ਨੋਟਸ ਬਣ ਗਏ ਨੇ, ਸਭ ਕੁਝ ਬਣਦਾ, ਟੇਕ ਅ ਲਿਟਲ ਟਾਈਮ, ਉਹਦੇ 'ਚ ਰਿਸਰਚ ਦੀ ਲੋੜ ਹੈ। ਕੈਪਟਨ ਸਰ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੱਕ 5 ਸਵਾਲਾਂ ਦਾ ਰੈਪਿਡ ਫਾਇਰ ਰਾਊਂਡ ਵੀ ਹੈ ਜਿਹਦੇ 'ਚ ਤੁਸੀਂ ਫੌਰੀ ਜਵਾਬ ਦੇਣੇ ਆ। ਪਹਿਲਾ ਸਵਾਲ ਤਾਂ ਆ ਕਿ ਤੁਸੀਂ ਆਪਣੀ ਕਿਹੜੀ ਆਦਤ ਨੂੰ ਨਫ਼ਰਤ ਕਰਦੇ? ਆਈ ਐਗਰੀ ਟੂ ਸੂਨ ਪਰਹੈਪਸ। ਖਾਣੇ ਦੀ ਕਿਹੜੀ ਡਿਸ਼ ਆ ਜਿਹਨੂੰ ਤੁਸੀਂ ਬਣਾਉਣ 'ਚ ਔਰ ਖਾਣਾ ਪਸੰਦ ਕਰਦੇ? ਸਾਗ ਮੱਕੀ ਦੀ ਰੋਟੀ। ਔਰ ਲੋਕਾਂ ਦੇ ਵਿੱਚ ਤੁਹਾਨੂੰ ਕਿਹੜੀ ਆਦਤ ਹੈ ਜਿਹੜੀ ਬਹੁਤ ਮਾੜੀ ਲੱਗਦੀ ਹੈ? ਕੋਈ ਨਹੀਂ, ਪੰਜਾਬ ਦੇ ਵਿੱਚ ਨਹੀਂ, ਲੋਕ ਬੜੇ ਖੁੱਲ੍ਹੇ ਦਿਲ ਦੇ ਨੇ ਔਰ ਬੜੇ ਪਿਆਰੇ ਲੋਕ ਨੇ ਵੀ, ਇਹਦੀ ਕੋਈ ਗੱਲ ਨਹੀਂ ਹੈ। ਤੁਹਾਡੇ ਹਿਸਾਬ ਦੇ ਵਿੱਚ ਇਸ ਕੰਟਰੀ ਦੇ ਵਿੱਚ ਕਿਹੜਾ ਸਿਆਸਤਦਾਨ ਹੈ ਜਿਹੜਾ ਬਹੁਤ ਅੱਛਾ ਰਿਹਾ, ਜਿਹਨੂੰ ਤੁਸੀਂ ਆਈਡੋਲਾਈਜ਼ ਕਰਦੇ? ਟਾਈਮਸ ਡਿਫਰੈਂਟ ਸੀ, ਆਈ ਮੀਨ ਪੰਡਿਤ ਜਵਾਹਰਲਾਲ ਨਹਿਰੂ ਵਾਜ਼ ਅ ਡਿਫੀਕਲਟ ਟਾਈਮ, ਬਟ ਮੈਨ ਔਰ ਗ੍ਰੇਟ ਕੈਰੇਕਟਰ ਐਂਡ ਵਿਜ਼ਨ। ਆਈ ਥਿੰਕ ਵਾਜਪਾਈ ਜੀ ਵਾਜ਼ ਅ ਗੁੱਡ ਪ੍ਰਾਈਮ ਮਿਨਿਸਟਰ, ਇੰਦਰਾ ਜੀ ਵਾਜ਼ ਐਨ ਐਕਸਲੈਂਟ ਪ੍ਰਾਈਮ ਮਿਨਿਸਟਰ, ਬਟ ਯੂ ਨੋ ਐਜ਼ ਅ ਟਾਈਮਸ ਆਰ ਡਿਫਰੈਂਟ ਐਂਡ ਐਜ਼ ਆਈ ਸੈਡ ਵਰਕਫਰ, ਸੋ ਇਹ ਪੀਰੀਅਡ ਦੇ ਨਾਲ ਡਿਪੈਂਡ ਕਰਦਾ ਹੈ। ਰਾਜੀਵ ਵਾਜ਼ ਅ ਵੈਰੀ ਫਾਈਨ ਪ੍ਰਾਈਮ ਮਿਨਿਸਟਰ। ਔਰ ਜੇ ਉੱਚ ਕੋਟੀ ਦੇ ਸਿਆਸਤਦਾਨ ਦੀ ਗੱਲ ਕਰੀਏ ਤਾਂ ਸਭ ਤੋਂ ਮਾੜਾ ਸਿਆਸਤਦਾਨ ਕੌਣ ਸੀ? ਪ੍ਰਕਾਸ਼ ਸਿੰਘ ਬਾਦਲ ਆਈ ਥਿੰਕ। ਮਾੜਾ ਇਸ ਲਈ ਕਿ ਬੰਦਾ 70 ਸਾਲ 'ਚ ਯੂ ਹੈਵ ਬੀਨ ਏਬਲ ਟੂ ਡੂ ਨਥਿੰਗ ਫੋਰ ਪੰਜਾਬ ਬਟ ਟੇਕ ਇਟ ਡਾਊਨ ਹਿੱਲ, ਵੈਦਰ ਪੋਲੀਟੀਕਲੀ। ਮੈਂ ਤੁਹਾਨੂੰ ਉਹਨੀ ਕਹਿ ਕੇ ਆਇਆ, ਜਿਹੜੇ ਵੀ ਇੱਥੇ ਝਗੜੇ ਹੋਏ ਨੇ, ਪ੍ਰਕਾਸ਼ ਸਿੰਘ ਬਾਦਲ ਵਾਜ਼ ਪਾਰਟ ਆਫ ਦੀ ਪ੍ਰੋਗਰੈਸ, ਇਹ ਕੀ ਕਰਦਾ ਸੀ, ਤਾਂ ਮੋਡਸ ਆਪਰੈਂਡਾ ਇਹ ਸੀ, ਝਗੜੇ ਕਰਾ ਦੇਣੇ, ਆਪ ਗ੍ਰਿਫਤਾਰੀ ਦੇ ਦੇਣੀ, ਕਿਸੇ ਰੈਸਟ ਹਾਊਸ ਬਹਿ ਜਾਣਾ, ਵਾਪਸ ਆ ਕੇ ਇਲੈਕਸ਼ਨ ਲੜ ਕੇ ਜਿੱਤ ਕੇ ਚੀਫ ਮਿਨਿਸਟਰ, ਦੈਟ ਇਜ਼ ਨੋ ਵੇ ਆਫ ਰਨਿੰਗ ਅ ਸਟੇਟ। ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਟਾਈਮ ਕੱਢਿਆ।